ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੋਤੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਹੱਸਦੇ ਵੱਸਦੇ ਹੋ, ਸਾਡਾ ਚੈਨਲ ਜਿਹੜਾ ਹਮੇਸ਼ਾ ਦੇਖਦੇ ਹੋ। ਅੱਜ ਫਿਰ ਮੈਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਖਾਸ ਇਨਫੋਰਮੇਸ਼ਨ ਲੈ ਕੇ, ਖਾਸ ਮਹਿਮਾਨ ਨਾਲ। ਜੀ ਹਾਂ, ਆਓ ਮਿਲਵਾਨੀ ਆ ਰਿਐਲਟਰ ਸੋਨਮ ਅਰੋੜਾ ਦੇ ਨਾਲ। ਸੋਨਮ, ਵੈਲਕਮ ਟੂ ਦ ਸਟੂਡੀਓ। ਹਾਊ ਆਰ ਯੂ? ਥੈਂਕ ਯੂ ਜੋਤੀ, ਥੈਂਕ ਯੂ ਸੋ ਮੱਚ। ਔਰ ਸਾਰੇ ਦਰਸ਼ਕ ਜਿਹੜੇ ਇਸ ਟਾਈਮ ਟੀਵੀ ਦੇਖ ਰਹੇ ਹਨ, ਉਹਨਾਂ ਸਾਰਿਆਂ ਨੂੰ ਨਮਸਕਾਰ, ਸ਼ੁਕਰੀਆ। ਔਰ ਇਟਸ ਆਲਵੇਜ਼ ਪਲੇਜ਼ਰ ਟੂ ਬੀ ਹੇਅਰ। ਯੈਸ, ਔਰ ਬੜਾ ਵਧੀਆ ਲੱਗਦਾ, ਇੱਕ ਵਾਈਬਸ ਵਧੀਆ ਮਿਲਦੀਆਂ ਇੱਕ ਦੂਜੇ ਨੂੰ, ਰਾਈਟ? ਪੋਜ਼ਿਟਿਵ ਵਾਈਬਸ, ਰਾਈਟ? ਸੋ ਕਿੱਦਾਂ ਚੱਲ ਰਹੀ ਹੈ ਪ੍ਰੋਫੈਸ਼ਨਲ ਲਾਈਫ? ਵੰਡਰਫੁਲ। ਪ੍ਰੋਫੈਸ਼ਨਲ ਲਾਈਫ ਦਾ ਨਹੀਂ, ਆਪਣਾ ਇੱਕ ਨਸ਼ਾ ਹੁੰਦਾ ਹੈ ਨਾ। ਯਾ, ਸਹੀ ਗੱਲ ਹੈ। ਔਰ ਪ੍ਰੋਫੈਸ਼ਨ ਚਾਹੇ ਕੋਈ ਵੀ ਹੋਵੇ, ਹੈ ਨਾ, ਜਿੰਨਾ ਤੁਸੀਂ ਡੀਪ ਜਾਂਦੇ ਰਹਿੰਦੇ ਹੋ ਐਂਡ ਯੂ ਗਰੋ ਮੋਰ ਮੋਰ ਐਂਡ ਮੋਰ, ਐਂਡ ਇੱਕ ਟਾਈਮ ਆਉਂਦਾ ਹੈ ਜਦੋਂ ਤੁਸੀਂ ਆਪਣੇ ਕੰਮ ਨੂੰ ਪਿਆਰ ਕਰਨ ਲੱਗ ਜਾਂਦੇ ਹੋ ਐਂਡ ਦੈਨ ਯੂ ਸਟਾਰਟ ਇੰਜੋਇੰਗ ਦੈਟ। ਯਾ, ਸੋ ਇਟਸ ਆਲਵੇਜ਼ ਗੁੱਡ, ਕੁਛ ਨਾ ਕੁਛ ਜ਼ਿੰਦਗੀ 'ਚ ਕਰਦੇ ਰਹਿਣਾ ਚਾਹੀਦਾ, ਇਟਸ ਆਲਵੇਜ਼ ਗੁੱਡ। ਔਰ ਰੀਅਲ ਇਸਟੇਟ, ਨੋ ਡਾਊਟ, ਇਟਸ ਅ ਵੈਰੀ ਵੈਰੀ ਬਿਗ ਵਾਸਟ ਏਰੀਆ। ਜਿੰਨਾ ਤੁਸੀਂ ਇਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋਗੇ, ਉਹਨਾਂ ਲੱਗਦਾ ਕਿ ਹਾਲੇ ਇਟਸ ਅ ਫਸਟ ਸਟੈਪ, ਇਟਸ ਅ ਫਸਟ ਸਟੈਪ। ਸੋ ਇਟਸ ਅ ਬਿਗ ਵਾਸਟ ਏਰੀਆ ਐਂਡ ਰੀਅਲ ਇਸਟੇਟ ਮਾਰਕੀਟ ਇਜ਼ ਗੋਇੰਗ ਵੈਰੀ ਗੁੱਡ, ਵੰਡਰਫੁਲ। ਔਰ ਅੱਜ ਕੱਲ੍ਹ ਤਾਂ ਘਰਾਂ ਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਜਿਵੇਂ ਚੱਲ ਰਹੀਆਂ ਹਨ, ਔਰ ਬਹੁਤ ਹਾਈ ਜਾ ਰਹੀਆਂ ਹਨ, ਰਾਈਟ? ਜੇ ਅਸੀਂ ਪਿਛਲੇ ਵਕਤ ਵੱਲ ਧਿਆਨ ਮਾਰੀਏ ਤਾਂ, ਹੁਣ ਦੇ ਵਕਤ ਵੱਲ ਧਿਆਨ ਮਾਰੀਏ ਤਾਂ, ਮੈਨੂੰ ਲੱਗਦਾ ਕਈਆਂ ਨੇ ਜਿਨ੍ਹਾਂ ਨੇ ਘਰ ਤਿੰਨ ਤਿੰਨ ਚਾਰ ਚਾਰ ਲੱਖ 'ਚ ਖਰੀਦੇ ਸੀ, ਉਹ ਅੱਜ ਕੱਲ੍ਹ ਮਿਲੀਅਨ ਜਾਂ ਮਿਲੀਅਨਸ ਦੇ ਵਿੱਚ ਹੋਏ ਪਏ, ਔਰ ਜਿਨ੍ਹਾਂ ਨੇ ਸੈਲ ਕਰ ਦਿੱਤੇ ਪਹਿਲਾਂ, ਉਹ ਪਛਤਾਉਂਦੇ ਕਿ ਕਿਉਂ ਨਾ ਅਸੀਂ ਉਹ ਘਰ ਰੱਖ ਲਿਆਂਦਾ, ਪ੍ਰੋਪਰਟੀ ਰੱਖ ਲਿਆਂਦੀ। ਬਟ ਹਾਂ, ਠੀਕ ਹੈ, ਦੇ ਸੋਲਡ ਇਟ ਤੇ ਹੁਣ ਜੇ ਉਹ ਅੱਗੇ ਇਨਵੈਸਟਮੈਂਟਸ ਕਰ ਰਹੇ ਨੇ, ਤਾਂ ਆਫਕੋਰਸ ਮਨੀ ਰੋਲ ਹੋ ਰਹੀ ਹੈ ਉਹਨਾਂ ਦੀ। ਸੋ ਆਈ ਆਲਵੇਜ਼ ਸੇ ਕਿ ਐਵਰੀ ਡੇ ਇਜ਼ ਗੁੱਡ ਡੇ ਟੂ ਇਨਵੈਸਟ ਇਨ ਰੀਅਲ ਇਸਟੇਟ। ਜੇ ਤੁਹਾਡੇ ਕੋਲ ਕੁਛ ਐਕਸਟਰਾ ਪੈਸੇ ਹੈਗੇ ਹੈ, ਕੁਛ ਐਕਸਟਰਾ ਮਨੀ ਪਈ ਹੈ ਯੂਜ਼ਲੈਸਲੀ ਬੈਂਕ 'ਚ ਪਈ ਹੈ ਜਾਂ ਕਿਤੇ ਵੀ, ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਪੈਸਿਆਂ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ, ਡਬਲ ਕਰਨਾ ਚਾਹੁੰਦੇ ਹੋ, ਤਾਂ ਰੀਅਲ ਇਸਟੇਟ ਇਜ਼ ਦਾ ਸੇਫੈਸਟ ਇਨਵੈਸਟਮੈਂਟ। ਇਟ ਗਿਵਸ ਯੂ ਇਮੋਸ਼ਨਲ ਸਿਕਿਉਰਿਟੀ ਦਿੰਦੀ ਹੈ, ਫਾਈਨੈਂਸ਼ੀਅਲ ਸਿਕਿਉਰਿਟੀ ਦਿੰਦੀ ਹੈ। ਸੋ ਆਲਵੇਜ਼ ਗੁੱਡ ਕਿ ਰੀਅਲ ਇਸਟੇਟ ਦੇ ਵਿੱਚ ਇਨਵੈਸਟ ਕੀਤਾ ਜਾਏ। ਔਰ ਪ੍ਰੋਫੈਸ਼ਨਲ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ, ਆਲਵੇਜ਼ ਐਡਵਾਈਜ਼ੇਬਲ ਕਿ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਕੰਮ ਕਰੋ। ਆਈ ਆਲਵੇਜ਼ ਸੇ ਕਿ ਜੋ ਤੁਸੀਂ ਇਨਵੈਸਟਮੈਂਟ ਕਰਨੀ ਹੈ, ਸੋ ਇਟਸ ਅ ਬਿਗ ਇਨਵੈਸਟਮੈਂਟ, ਤੁਹਾਡੀ ਜ਼ਿੰਦਗੀ ਦੀ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ। ਇਟਸ ਨੋਟ ਲਾਈਕ ਵੀ ਆਰ ਬਾਇੰਗ ਵੈਜੀਟੇਬਲਸ ਐਂਡ ਕਲੋਥਸ। ਸੋ ਫੋਨ ਦੇ ਉੱਪਰ ਕਦੇ ਵੀ ਰੀਅਲ ਇਸਟੇਟ ਦੀਆਂ ਡੀਲਸ ਨਹੀਂ ਹੁੰਦੀਆਂ। ਪਰਸਨਲੀ ਗੋ ਐਂਡ ਮੀਟ ਯੂਰ ਰੀਅਲਟਰ, ਤੁਹਾਨੂੰ ਪਤਾ ਲੱਗ ਜਾਏਗਾ 50% ਕਿ ਤੁਸੀਂ ਆਪਣੇ ਤੁਸੀਂ ਸਹੀ ਇਨਸਾਨ ਨਾਲ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਹੁਣ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਰਹੀ ਹਾਂ, ਮੇਰੇ ਬ੍ਰੋਕਰ, ਹੀ ਹੈਜ਼ 45 years ਆਫ ਐਕਸਪੀਰੀਅੰਸ ਆਫ ਰੀਅਲ ਇਸਟੇਟ। ਸਾਡੀ ਇੰਨੀ ਉਮਰ ਨਹੀਂ ਹੈ ਜਿੰਨਾ ਉਹਨਾਂ ਦਾ ਐਕਸਪੀਰੀਅੰਸ ਹੈ। ਸੋ ਇੱਦਾਂ ਦੇ ਇਨਸਾਨ ਨਾਲ ਕੰਮ ਕਰਨਾ ਆਈ ਥਿੰਕ ਮੀਨਸ ਸਕਸੈਸ। ਬਿਲਕੁਲ ਬਿਲਕੁਲ। ਸੋ ਔਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਚਲ ਪ੍ਰਾਈਵੇਟ ਡੀਲ 'ਚ ਸਾਨੂੰ ਫਾਇਦਾ ਹੋ ਜਾਏਗਾ, ਜਾਂ ਕਈ ਵਾਰੀ ਅਸੀਂ ਆਪੇ ਹੀ ਘਰ ਆਪਣੇ ਪੋਸਟਰ ਜਾਂ ਬੋਰਡ ਲਗਾ ਕੇ ਲੋਕਾਂ ਨੂੰ ਦੱਸਣ ਲੱਗ ਜਾਂਦਾ ਕਿ ਅਸੀਂ ਸੇਲ ਲਗਾਇਆ, ਜਾਂ ਮੈਂ ਕਈ ਵਾਰੀ ਦੇਖਦੀ ਹਾਂ ਬੋਰਡ ਲੱਗੇ ਹੋਏ ਕਿ ਓਨਰ ਦੇ ਵੱਲੋਂ ਲਗਾਇਆ ਗਿਆ ਹੁੰਦਾ ਘਰ, ਰਾਈਟ? ਸੋ ਜਾਂ ਅਸੀਂ ਸੋਚਦੇ ਹਾਂ ਕਿ ਅਸੀਂ ਡਾਇਰੈਕਟਲੀ ਚਲੇ ਜਾਵਾਂਗੇ ਤਾਂ ਆਪਾਂ ਹੀ ਡੀਲ ਬਣਾ ਲਾਂਗੇ, ਮੈਨੂੰ ਲੱਗਦਾ ਉਹ 'ਚ ਕਈ ਵਾਰੀ ਨੁਕਸਾਨ ਵੀ ਝੱਲਣਾ ਪੈਂਦਾ ਸਾਨੂੰ, ਬਹੁਤ ਸਾਰੇ ਕਲੋਜ਼ ਹੁੰਦੇ ਆ, ਹਿਡਨ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਟੈਕਨੀਕਲ, ਰਾਈਟ? ਬਹੁਤ ਬਹੁਤ। ਹਾਂ, ਜੋਤੀ, ਇੱਕ ਟਾਈਮ ਕੰਮ ਕਰਾਂਗੇ, ਨੈਕਸਟ ਟਾਈਮ ਜਦੋਂ ਆਪਾਂ ਡਿਸਕਸ ਕਰਾਂਗੇ ਨਾ, ਤਾਂ ਆਪਾਂ ਇਸੇ ਟੋਪਿਕ ਦੇ ਉੱਪਰ ਡਿਸਕਸ਼ਨ ਸ਼ੁਰੂ ਕਰਾਂਗੇ ਕਿ ਵਾਈ ਟੂ ਕਿਸੇ ਰਿਐਲਟਰ ਦੇ ਨਾਲ ਕੰਮ ਕਰਨਾ ਕਿਉਂ ਜ਼ਰੂਰੀ ਹੈ, ਔਰ ਤੁਹਾਨੂੰ ਉਹਦੇ ਕੀ ਫਾਇਦੇ ਹੋਣਗੇ। ਸੋ ਨੈਕਸਟ ਟੋਪਿਕ ਵਿਲ ਡਿਸਕਸ ਦੈਟ ਫੋਰ ਸ਼ੋਰ। ਸੋ ਕਿੱਦਾਂ ਦੀ ਚੱਲ ਰਹੀ ਹੈ ਮਾਰਕੀਟ? ਸੈਲਰ ਮਾਰਕੀਟ ਹੈ ਜਾਂ ਬਾਏ ਮਾਰਕੀਟ? ਮਾਰਕੀਟ ਇਜ਼ ਆਲਵੇਜ਼ ਗੁੱਡ, ਸਮਟਾਈਮਸ ਇਟਸ ਗੋਇੰਗ ਅਪ, ਸੈਲਰਸ ਮਾਰਕੀਟ, ਬਾਇਰਸ ਮਾਰਕੀਟ। ਸੋ ਇਨਵੈਂਟਰੀ ਬਹੁਤ ਘੱਟ ਹੈ ਮਾਰਕੀਟ ਦੇ ਵਿੱਚ, ਔਰ ਬਾਇਰਸ ਬਹੁਤ ਜ਼ਿਆਦਾ ਨੇ, ਕਿਉਂਕਿ ਇਮੀਗ੍ਰੇਸ਼ਨ ਜਿਹੜੀ ਹੈ ਦੈਟ ਇਜ਼ ਫਿਊਲਿੰਗ ਅਪ ਰੀਅਲ ਇਸਟੇਟ, ਅਤੇ ਉਸ ਕਰਕੇ ਬਹੁਤ ਸਾਰੇ ਬਾਇਰਸ ਮਾਰਕੀਟ ਨੇ। ਔਰ ਹੁਣ ਤਾਂ ਪ੍ਰੈਡਿਕਸ਼ਨ ਕੀਤੀ ਗਈ ਕਿ 2020 ਦੇ ਵਿੱਚ ਅਗੇਨ ਮਲਟੀਪਲ ਲਿਸਟਿੰਗ ਦੇ ਉੱਪਰ ਘਰ ਜਾਣਗੇ ਔਰ ਬਿਡਿੰਗਸ ਹੋਣਗੀਆਂ ਘਰ ਦੀਆਂ। ਸੋ ਦਿਸ ਇਜ਼ ਅ ਟਾਈਮ, ਔਰ 4% ਅਰਾਊਂਡ ਮਾਰਕੀਟ ਜਿਹੜੀ ਆ ਉੱਪਰ ਜਾਏਗੀ, ਇਟਸ ਜਸਟ ਅ ਪ੍ਰੈਡਿਕਸ਼ਨ। ਬਾਕੀ ਹੁਣ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਦਿਸ ਇਜ਼ ਅ ਟਾਈਮ, ਫਿਰ ਸਮਰ ਆ ਜਾਏਗੀ ਤਾਂ ਬਹੁਤ ਸਾਰੀਆਂ ਓਪਨਿੰਗਸ ਹੋ ਰਹੀਆਂ, ਫਿਰ ਮਾਰਕੀਟ ਵਿਲ ਗੋ ਹਾਈ। ਸੋ ਦਿਸ ਇਜ਼ ਟੂਡੇ ਇਜ਼ ਆਲਸੋ ਅ ਗੁੱਡ ਟਾਈਮ ਟੂ ਇਨਵੈਸਟ ਇਨ ਰੀਅਲ ਇਸਟੇਟ। ਬਹੁਤ ਸਾਰੇ ਪ੍ਰੋਜੈਕਟਸ ਹੈ ਮਾਰਕੀਟ ਦੇ ਵਿੱਚ, ਇਸ ਤਰ੍ਹਾਂ ਮਿਸਿਸਾਗਾ ਦੇ ਵਿੱਚ ਅਸੀਂ ਸੇਲ ਕੀਤਾ ਸੀਗਾ ਪ੍ਰੋਜੈਕਟ, ਬਿਲਕੁਲ ਯੂ ਕੈਨ ਸੇ ਕਿ ਇਟਸ ਔਨ ਸਕੁਏਅਰ ਵਨ, ਇੱਕ ਮਿੰਟ ਦੀ ਦੂਰੀ 'ਤੇ ਹੈ ਸਕੁਏਅਰ ਵਨ ਤੋਂ, ਔਰ 4 ਬਿਲਡਿੰਗਸ ਆ ਰਹੀਆਂ ਨੇ, ਪਲੱਸ 1 5 ਸਟਾਰ ਹੋਟਲ ਆ ਰਿਹਾ ਉੱਥੇ, ਨਾਲ ਹੀ ਸ਼ੈਰਡਨ ਕਾਲਜ ਹੈ, ਯੂਨੀਵਰਸਿਟੀ ਆਫ ਟੋਰੋਂਟੋ ਹੈ, ਸਕੁਏਅਰ ਵਨ ਹੈ, LRT ਇਜ਼ ਕਮਿੰਗ ਦੇਅਰ 5 minutes ਦੀ ਦੂਰੀ 'ਤੇ, ਅਮੇਜ਼ਿੰਗ ਲੋਕੇਸ਼ਨ ਹੈ। ਉਹਦੇ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ, ਯੂ ਕੈਨ ਕਾਲ ਅਸ। ਵੌਨ ਦੇ ਵਿੱਚ ਇੱਕ ਬੜਾ ਖੂਬਸੂਰਤ ਪ੍ਰੋਜੈਕਟ ਆਇਆ, ਉਹਦੇ ਵਿੱਚ ਡਾਊਨ ਪੇਮੈਂਟ ਸਿਰਫ
5% ਦੇਣੀ ਹੈ ਐਵਰੀ ਇਅਰ, ਇੱਕ ਸਾਲ ਦੇ ਵਿੱਚ ਜਸਟ 5%. 2023 ਦੇ ਵਿੱਚ ਉਹਦੀ ਕਲੋਜ਼ਿੰਗ ਹੈ, ਪਾਰਕਿੰਗ, ਲੋਕਰ, ਅਸਾਈਨਮੈਂਟ, ਐਵਰੀਥਿੰਗ ਇਜ਼ ਕਲੋਜ਼ ਬਾਏ ਵੌਨ ਮੈਟਰੋਪੋਲੀਟਨ ਜਿਹੜਾ ਸੈਂਟਰ ਹੈਗਾ, ਦੈਟ ਇਜ਼ ਕਲੋਜ਼ ਬਾਏ, ਸ਼ਟਰ ਬੱਸ ਜਾਂਦੀ ਉੱਥੋਂ ਐਵਰੀ ਡੇ ਯੋਰਕ ਯੂਨੀਵਰਸਿਟੀ ਲਈ. ਸੋ ਦੈਟ ਇਜ਼ ਆਲਸੋ ਅ ਵੈਰੀ ਗੁੱਡ ਪ੍ਰੋਜੈਕਟ. ਐਂਡ ਦੇਅਰ ਲੋਟਸ ਐਂਡ ਲੋਟਸ ਆਫ ਪ੍ਰੋਜੈਕਟ ਇਨ ਦਾ ਮਾਰਕੀਟ, ਲੇਕਿਨ ਡਿਪੈਂਡ ਇਹ ਕਰਦਾ ਹੈ ਕਿ ਤੁਸੀਂ ਕਿੱਥੇ ਸੂਟੇਬਲ ਹੋ, ਤੁਹਾਡੀ ਕੀ ਜ਼ਰੂਰਤ ਹੈ, ਹੈ ਨਾ, ਵਿਚ ਪ੍ਰੋਜੈਕਟ ਵਿਚ ਪ੍ਰੋਜੈਕਟ ਸੂਟਸ ਯੂ, ਤੁਹਾਡੀਆਂ ਫਾਈਨੈਂਸ਼ੀਅਲ ਨੀਡਸ ਕੀ ਨੇ, ਤੁਹਾਡੇ ਸਰਕਮਸਟਾਂਸਿਸ ਕੀ ਹੈ, ਤੁਹਾਡੀ ਇਨਕਮ ਕਿੰਨੀ ਹੈ, ਉਹਦੇ ਅਕੋਰਡਿੰਗਲੀ ਵੀ ਜਸਟ ਸਿਟ ਡਾਊਨ ਫੋਰ 30-40 ਮਿੰਟਸ ਐਂਡ ਦੈਨ ਵਿਲ ਡਿਸਾਈਡ ਕਿ ਤੁਹਾਨੂੰ ਕਿਹੜੇ ਪ੍ਰੋਜੈਕਟ ਤੁਹਾਡੇ ਲਈ ਫਿੱਟ ਹੈ ਅਤੇ ਕਿੱਥੋਂ ਤੁਹਾਨੂੰ ਜ਼ਿਆਦਾ ਪੈਸੇ ਬਣ ਸਕਦੇ. ਸੋ ਉਹਦੇ ਲਈ ਯੂ ਜਸਟ ਹੈਵ ਟੂ ਡੂ ਕਾਲ ਕਰਨੀ ਹੈ ਇੱਕ, ਐਂਡ ਰੈਸਟ ਵਿਲ ਟੇਕ ਕੇਅਰ ਆਫ ਦੈਟ. ਓਕੇ, ਬਹੁਤ ਵਧੀਆ ਸੋਨਮ, ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਮੈਂ ਚਾਹਾਂਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਇੱਕ ਵਧੀਆ ਜਾਣਕਾਰੀ ਲੈ ਕੇ ਹੀ ਆਪਣੇ ਦਰਸ਼ਕਾਂ ਦੇ ਰੂਬਰੂ ਕਰੀਏ. ਔਰ ਹੋਰ ਕੀ ਕਹਿਣਾ ਚਾਹੋਗੇ? ਨੰਬਰ ਜਸਟ ਐਂਡ ਵਿੱਚ ਆਈ ਵਾਂਟ ਟੂ ਗਿਵ ਮਾਈ ਨੰਬਰ 416-786-2020 ਨੰਬਰ ਹੈ, 416-786-2020. ਇਸ ਨੰਬਰ ਦੇ ਉੱਪਰ ਕਾਲ ਕਰਕੇ ਐਨੀ ਟਾਈਮ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ, ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ. ਦੈਨ ਵਿਲ ਸੀ ਕਿ ਵੇਅਰ ਯੂ ਫਿੱਟ ਔਰ ਕਿਹੜਾ ਪ੍ਰੋਜੈਕਟ ਤੁਹਾਡੇ ਲਈ ਸੂਟੇਬਲ ਹੈ, ਐਂਡ ਵੀ ਕੈਨ ਗਿਵ ਯੂ ਦਾ ਇਨਫੋਰਮੇਸ਼ਨ. ਥੈਂਕ ਯੂ ਸੋ ਮੱਚ ਸੋਨਮ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਵੱਲੋਂ ਬਹੁਤ ਸਾਰੀਆਂ ਵਿਸ਼ਿਸ਼ ਤੁਹਾਡੇ ਲਈ. ਥੈਂਕ ਯੂ ਸੋ ਮੱਚ. ਥੈਂਕ ਯੂ. ਅਤੇ ਚਲੋ ਜੀ, ਅਸੀਂ ਵੀ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ. ਉਮੀਦ ਕਰਦੇ ਹਾਂ ਕਿ ਅੱਜ ਦਾ ਜਿਹੜਾ ਇਹ ਸੈਗਮੈਂਟ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ. ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਚਾਹੁੰਦੇ ਹੋ ਘਰ ਖਰੀਦਣ ਜਾਂ ਵੇਚਣ ਦੇ ਬਾਰੇ, ਤੁਸੀਂ ਸੋਨਮ ਅਰੋੜਾ ਨੂੰ ਕੰਟੈਕਟ ਕਰ ਸਕਦੇ ਹੋ. ਸੋਸ਼ਲ ਮੀਡੀਆ 'ਤੇ ਵੀ ਜਾ ਕੇ ਤੁਸੀਂ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ. ਔਰ ਜੇ ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲੈਣੀ ਹੈ ਚੈਨਲ ਦੇ ਨਾਲ ਰਿਲੇਟਡ, ਜੇ ਤੁਸੀਂ ਜੁੜਨਾ ਚਾਹੁੰਦੇ ਹੋ, ਸਪੋਂਸਰ ਜੁੜਨਾ ਚਾਹੁੰਦੇ ਹੋ, ਐਜ਼ ਏ ਗੈਸਟ ਆਉਣਾ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਮੌਰਗੇਜ ਦੇ ਲਈ ਵੀ ਪੁੱਛਣਾ ਚਾਹੁੰਦੇ ਹੋ, ਕਿਉਂਕਿ ਹੁਣ ਘਰ ਦੀ ਗੱਲ ਹੋ ਰਹੀ ਹੈ ਤਾਂ ਨਾਲ ਮੌਰਗੇਜ ਦੀ ਵੀ ਚਿੰਤਾ ਹੋ ਜਾਂਦੀ ਹੈ, ਤਾਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 647-898-7769 'ਤੇ, 647-898-7769. ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ. ਰੱਖੋ ਆਪਣਾ ਬਹੁਤ ਸਾਰਾ ਧਿਆਨ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ.